ਕੀ ਲੱਗਦਾ ਪਹਿਲਾਂ ਅਦਾਕਾਰਾ ਸੀ ਬਾਅਦ ਵਿੱਚ ਕਿਸਾਨੀ ਅੰਦੋਲਨ ਵਿੱਚ ਚੰਗਾ ਨਾਮ ਬਣਾਇਆ ਪਹਿਲਾਂ ਅਦਾਕਾਰਾ ਨਹੀਂ ਸੀਗਾ ਪਹਿਲਾਂ ਇੱਕ ਚੋਟੀ ਦਾ ਵਕੀਲ ਸੀਗਾ ਐਡਵੋਕੇਟ ਸੀਗਾ ਬੰਬੇ ਦੇ ਵਿੱਚ ਪੂਨੇ ਤੋਂ ਉਹਨਾਂ ਨੇ ਆਪਣਾ ਲਾ ਕੀਤਾ ਪੂਨੇ ਵੀ ਮੈਂ ਛੱਡ ਕੇ ਆਇਆ ਉਹਨਾਂ ਨੂੰ ਸਪਾਈਸ ਕਾਲਜ ਜਿੱਥੇ ਉਹਨਾਂ ਨੇ ਲਾ ਕੀਤਾ ਲਾ ਕਰਨ ਤੋਂ ਬਾਅਦ ਉਹ ਬੰਬੇ ਚਲੇ ਗਏ ਬੰਬੇ ਉਹਨਾਂ ਨੇ ਆਪਣੀ ਪੂਰੀ ਪ੍ਰੈਕਟਿਸ ਕੀਤੀ ਵਧੀਆ ਨਾਮੀ ਵਕੀਲਾਂ 'ਚ ਨਾਮ ਬੋਲਦਾ ਅੱਜ ਵੀ ਬੋਲਦਾ ਉੱਥੇ ਬੰਬੇ ਰਹਿੰਦਾ ਸੀਗਾ ਇੱਥੇ ਵੀ ਆਉਂਦਾ ਸੀਗਾ ਮਿਲਣ ਗਿਲ ਰਹਿੰਦਾ ਸੀ ਇੱਥੇ ਆ ਕੇ ਉੱਥੇ ਵੀ ਜਾਂਦਾ ਸੀ ਉਸ ਤੋਂ ਬਾਅਦ ਉੱਥੋਂ ਬੰਬੇ ਤੋਂ ਸੰਨੀ ਦਿਓਲ ਪਰਿਵਾਰ ਦੇ ਨਾਲ ਉਹਨਾਂ ਦਾ ਪਿਆਰ ਪੈ ਗਿਆ ਸਾਰਾ ਕੁਝ ਘਰ ਵਰਗੀ ਗੱਲ ਹੋ ਗਈ ਪਰਿਵਾਰਕ ਉਹ ਵੀ ਜੱਟ ਇਹ ਵੀ ਜੱਟ ਹੁਣ ਤੋਂ ਬਾਅਦ ਉਹ ਅਦਾਕਾਰਾ 'ਚ ਪੈ ਗਿਆ ਅਦਾਕਾਰਾ 'ਚ ਉਹਨੇ ਆਪਣੀਆਂ ਫਿਲਮਾਂ ਬਣਾਈਆਂ ਪੰਜਾਬੀ ਫਿਲਮਾਂ ਬਣਾਉਂਦਿਆਂ ਬਣਾਉਂਦਿਆਂ ਆਹ ਸਾਡਾ ਸੰਘਰਸ਼ ਕਿਸਾਨੀ ਕਿਸਾਨ ਸ਼ੁਰੂ ਹੋ ਗਿਆ ਐਵੇਂ ਇਹ ਹੋ ਗਿਆ ਇਹਦੇ 'ਚ ਇੱਕ ਕਿਸਾਨ ਦਾ ਪੁੱਤ ਹੁੰਦੇ ਹੋਏ ਉਹਨੂੰ ਇਸ ਗੱਲ ਦੀ ਬੜੀ ਚਿਲਕ ਲੱਗੀ ਲੱਗਣ ਤੋਂ ਬਾਅਦ ਉਹ ਕਿਸਾਨੀ ਅੰਦੋਲਨ 'ਚ ਪੈ ਗਿਆ ਔਰ ਕਿਸਾਨੀ ਅੰਦੋਲਨ ਜੋ ਕੁਝ ਉਹਨੇ ਕੀਤਾ ਜੋ ਉਹਨੇ ਕੀਤਾ ਉਹ ਸਭ ਨੂੰ ਪਤਾ ਜੱਗ ਜਾ ਰਿਹਾ ਪ੍ਰਸਿੱਧ ਫਿਲਮ ਅਦਾਕਾਰ ਅਤੇ ਕਿਸਾਨ ਅੰਦੋਲਨ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਕਿਸਾਨ ਅੰਦੋਲਨ ਤੋਂ ਸੁਰੱਖਿਆ 'ਚ ਆਉਣ ਵਾਲੇ ਦੀਪ ਸਿੱਧੂ ਦਾ ਕੱਲ੍ਹ ਬੀਤੇ ਦਿਨੀ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਅਸੀਂ ਇਸ ਸਮੇਂ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਹਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜੋ ਉਹਨਾਂ ਦੇ ਰਿਸ਼ਤੇਦਾਰ ਨੇ ਕਰੀਬੀ ਨੇ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਜੋ ਦਿੱਲੀ ਤੋਂ ਉਹਨਾਂ ਦੇ ਮ੍ਰਿਤਕ ਦੇਹ ਨੂੰ ਇੱਥੇ ਲਿਆਇਆ ਜਾ ਰਿਹਾ ਜਿੱਥੇ 5 ਵਜੇ ਦੇ ਕਰੀਬ ਲੁਧਿਆਣੇ ਦੇ ਪਿੰਡ ਤਰੀਕੇ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੁਸੀਂ ਅਜੇ ਤਸਵੀਰਾਂ ਦੇਖ ਰਹੇ ਹੋ ਉਹਨਾਂ ਦੇ ਕਰਦੇ ਆ ਤਸਵੀਰਾਂ ਹਨ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਪਹੁੰਚ ਰਹੇ ਹਨ ਅਤੇ ਸਭ ਪਰਿਵਾਰ ਦੇ ਨਾਲ ਆਪਣਾ ਦੁੱਖ ਵਿਅਕਤ ਕਰ ਰਹੇ ਹਨ ਇਹ ਤਸਵੀਰਾਂ ਲੁਧਿਆਣੇ ਦੇ ਪਿੰਡ ਤਰੀਕੇ ਸਥਿਤ ਉਹਨਾਂ ਦੇ ਘਰ ਦੀਆਂ ਹਨ ਜਿੱਥੇ ਉਹਨਾਂ ਦਾ ਛੋਟਾ ਭਰਾ ਮਨਦੀਪ ਸਿੰਘ ਰਹਿੰਦੇ ਸਨ ਜਿੱਥੇ ਉਹਨਾਂ ਦੇ ਮ੍ਰਿਤਕ ਦੇਹ ਨੂੰ ਲੈ ਕੇ ਆਇਆ ਜਾ ਰਿਹਾ ਅਤੇ ਦੱਸਿਆ ਜਾ ਰਿਹਾ ਹੈ ਕਿ ਜੋ 5 ਵਜੇ ਦੇ ਕਰੀਬ ਪਿੰਡ ਤਰੀਕੇ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਹ ਤਸਵੀਰਾਂ ਹਨ ਉਹਨਾਂ ਦੇ ਘਰ ਦੀਆਂ ਦੇਖ ਸਕਦੇ ਹੋ ਕਿ ਲੋਕ ਇੱਥੇ ਪਹੁੰਚੇ ਹਨ ਜਿਹੜੇ ਉਹਨਾਂ ਦੇ ਕਰੀਬੀ ਨੇ ਅਤੇ ਪਰਿਵਾਰ ਨਾਲ ਆਪਣੇ ਦੁੱਖ ਸਾਂਝੇ ਕਰ ਰਹੇ ਹਨ ਸੋ ਜੋ ਲੋਕ ਇੱਥੇ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਉਂਦੇ ਹਨ ਅਤੇ ਉਹਨਾਂ ਨੂੰ ਹਾਦਸੇ ਦੀ ਕੀ ਜਾਣਕਾਰੀ ਸੀ ਕਦੋਂ ਇਹ ਹਾਦਸਾ ਹੋਇਆ ਹਾਲਾਂਕਿ ਜਿਹੜੇ ਕੁਝ ਉਹਨਾਂ ਦੇ ਰਿਸ਼ਤੇਦਾਰ ਨੇ ਇਸ ਹਾਦਸੇ ਦੀ ਜਾਂਚ ਦੀ ਮੰਗ ਵੀ ਕਰ ਰਹੇ ਹਨ ਮੈਂ ਦੀਪ ਸਿੱਧੂ ਦਾ ਮਾਸੜਾ ਸੂਬਾ ਸਿੰਘ ਮੇਰਾ ਨਾਮ ਲੁਧਿਆਣਾ ਦਾ ਹਾਂਜੀ ਹਾਦਸੇ ਬਾਰੇ ਸਾਨੂੰ ਤਾਂ ਇਹ ਪਤਾ ਲੱਗਿਆ ਵੀ ਦੀਪ ਸਿੱਧੂ ਦਾ ਐਕਸੀਡੈਂਟ ਹੋ ਗਿਆ ਸ਼ਾਮੀ ਉਦੋਂ ਪਤਾ ਲੱਗਿਆ ਐਕਸੀਡੈਂਟ ਦਾ ਨਾਂ ਹੀ ਬੜਾ ਮਾੜਾ ਐਕਸੀਡੈਂਟ ਦਾ ਨਾਂ ਸੁਣ ਕੇ ਪਰਿਵਾਰ ਦਾ ਲੱਕ ਟੁੱਟ ਗਿਆ ਬੁਰਾ ਹਾਲ ਹੋ ਗਿਆ ਲੇਕਿਨ ਜਿਵੇਂ ਜਿਵੇਂ ਹੌਲੀ ਹੌਲੀ ਪਤਾ ਲੱਗਦਾ ਗਿਆ ਜਿਵੇਂ ਜਿਵੇਂ ਪੋਸਟਾਂ ਪੈ ਕੇ ਆਈਆਂ ਮੋਬਾਈਲਾਂ 'ਤੇ ਆਈਆਂ ਟੀ ਵੀ 'ਤੇ ਆਈਆਂ ਸਾਰਾ ਕੁਝ ਤਾਂ ਪਤਾ ਲੱਗਿਆ ਵੀ ਐਟ ਦੀ ਸਪੋਰਟ ਦੀਪ ਸਿੱਧੂ ਦੀ ਡੈਥ ਹੋ ਗਈ ਸਾਰਿਆਂ ਨੇ ਗਿਆ ਸੁਣਿਆ ਨਹੀਂ ਗਿਆ ਲੱਕ ਟੁੱਟ ਗਿਆ ਪੂਰਾ ਹਾਲ ਹੋ ਗਿਆ ਉਹਨਾਂ ਦੀ ਮੰਮੀ ਹੈ ਦੋ ਪਿੱਛੇ ਬ੍ਰਦਰ ਹੈ ਬੱਚੇ ਹੈ ਉਹਨਾਂ ਦੀ ਆਪਣੀ ਮਿਸਿਜ਼ ਹੈ ਬੇਟੀ ਹੈ ਜਿਹੜੇ ਕਿ ਬੰਬੇ ਰਹਿੰਦੇ ਨੇ ਆ ਰਹੇ ਨੇ ਸੰਸਕਾਰ ਸ਼ਾਮੀ 5 ਵਜੇ ਕਰਾਂਗੇ ਜੀ ਉੱਥੋਂ ਲੈ ਕੇ ਡੈੱਡ ਬੋਡੀ ਚੱਲੇ ਹੋਏ ਨੇ ਸ਼ਾਹਬਾਦ ਮਾਰਕੰਡਾ ਨਿਕਲ ਆਏ ਨੇ 1.5 ਘੰਟੇ ਤੱਕ ਪਹੁੰਚ ਜਾਣਗੇ ਕਰਾਂਗੇ ਸੰਸਕਾਰ ਕੀ ਲੱਗਦਾ ਪਹਿਲਾਂ ਅਦਾਕਾਰਾ ਸੀ ਬਾਅਦ ਵਿੱਚ ਕਿਸਾਨੀ ਅੰਦੋਲਨ ਵਿੱਚ ਚੰਗਾ ਨਾਮ ਬਣਾਇਆ ਪਹਿਲਾਂ ਅਦਾਕਾਰਾ ਨਹੀਂ ਸੀਗਾ ਪਹਿਲਾਂ ਇੱਕ ਚੋਟੀ ਦਾ ਵਕੀਲ ਸੀਗਾ ਐਡਵੋਕੇਟ ਸੀਗਾ ਬੰਬੇ ਦੇ ਵਿੱਚ ਪੂਨੇ ਤੋਂ ਉਹਨਾਂ ਨੇ ਆਪਣਾ ਲਾ ਕੀਤਾ ਪੂਨੇ ਵੀ ਮੈਂ ਛੱਡ ਕੇ ਆਇਆ ਉਹਨਾਂ ਨੂੰ ਸਪਾਈਸ ਕਾਲਜ ਜਿੱਥੇ ਉਹਨਾਂ ਨੇ ਲਾ ਕੀਤਾ ਲਾ ਕਰਨ ਤੋਂ ਬਾਅਦ ਉਹ ਬੰਬੇ ਚਲੇ ਗਏ ਬੰਬੇ ਉਹਨਾਂ ਨੇ ਆਪਣੀ ਪੂਰੀ ਪ੍ਰੈਕਟਿਸ ਕੀਤੀ ਵਧੀਆ ਨਾਮੀ ਵਕੀਲਾਂ 'ਚ ਨਾਮ ਬੋਲਦਾ ਅੱਜ ਵੀ ਬੋਲਦਾ ਉੱਥੇ ਬੰਬੇ ਰਹਿੰਦਾ ਸੀਗਾ ਇੱਥੇ ਵੀ ਆਉਂਦਾ ਸੀਗਾ ਮਿਲਣ ਗਿਲ ਰਹਿੰਦਾ ਸੀ ਇੱਥੇ ਆ ਕੇ ਉੱਥੇ ਵੀ ਜਾਂਦਾ ਸੀਗਾ ਉਸ ਤੋਂ ਬਾਅਦ ਉੱਥੋਂ ਬੰਬੇ ਤੋਂ ਸੰਨੀ ਦਿਓਲ ਪਰਿਵਾਰ ਦੇ ਨਾਲ ਉਹਨਾਂ ਦਾ ਪਿਆਰ ਪੈ ਗਿਆ ਸਾਰਾ ਕੁਝ ਘਰ ਵਰਗੀ ਗੱਲ ਹੋ ਗਈ ਪਰਿਵਾਰਕ ਉਹ ਵੀ ਜੱਟ ਇਹ ਵੀ ਜੱਟ ਹੁਣ ਤੋਂ ਬਾਅਦ ਉਹ ਅਦਾਕਾਰਾ 'ਚ ਪੈ ਗਿਆ ਅਦਾਕਾਰਾ 'ਚ ਉਹਨੇ ਆਪਣੀਆਂ ਫਿਲਮਾਂ ਬਣਾਈਆਂ ਪੰਜਾਬੀ ਫਿਲਮਾਂ ਬਣਾਉਂਦਿਆਂ ਬਣਾਉਂਦਿਆਂ ਆਹ ਸਾਡਾ ਸੰਘਰਸ਼ ਕਿਸਾਨੀ ਕਿਸਾਨ ਸ਼ੁਰੂ ਹੋ ਗਿਆ ਐਵੇਂ ਇਹ ਹੋ ਗਿਆ ਇਹਦੇ 'ਚ ਇੱਕ ਕਿਸਾਨ ਦਾ ਪੁੱਤ ਹੁੰਦੇ ਹੋਏ ਉਹਨੂੰ ਇਸ ਗੱਲ ਦੀ ਬੜੀ ਚਿਲਕ ਲੱਗੀ ਲੱਗਣ ਤੋਂ ਬਾਅਦ ਉਹ ਕਿਸਾਨੀ ਅੰਦੋਲਨ 'ਚ ਪੈ ਗਿਆ ਔਰ ਕਿਸਾਨੀ ਅੰਦੋਲਨ ਜੋ ਕੁਝ ਉਹਨੇ ਕੀਤਾ ਜੋ ਉਹਨੇ ਕੀਤਾ ਉਹ ਸਭ ਨੂੰ ਪਤਾ ਜੱਗ ਜਾ ਰਿਹਾ
ਸੋਚ ਨੂੰ ਉਹਨਾਂ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਨੌਜਵਾਨਾਂ ਲਈ? ਸੋਚ ਬਹੁਤ ਉੱਚੀ ਤੇ ਵੱਡੀ ਸੀਗੀ। ਇੱਕ ਬੜਾ ਸਾਫ ਦਿਲ ਤੇ ਦਿਲਦਾਰ ਬੰਦਾ ਸੀਗਾ। ਮਨ ਦੇ ਵਿੱਚ ਕੋਈ ਕਿਸੇ ਵਾਸਤੇ ਹੈ ਨਹੀਂ ਸੀ ਵੀ ਮੈਂ ਆ ਕਰਨਾ ਤੇ ਉਹ ਕਰਨਾ। ਹਰ ਦਾ ਮਾਲ ਨਾਲ ਚਹੇਤਾ ਸੀ ਸਾਰਿਆਂ ਦਾ। ਇਸ ਗੱਲ ਤੁਹਾਨੂੰ ਸਾਰੇ ਹਾਦਸਾ ਕਹਿ ਰਹੇ ਹਾਂ, ਬਾਕੀ ਜਦੋਂ ਬਾਅਦ 'ਚ ਹੋਏਗਾ ਕੁਛ ਨਾ ਕੁਛ ਪਤਾ ਲੱਗੇਗਾ ਵੀ ਹਾਦਸਾ ਹੋਇਆ ਜਾਂ ਕੀ ਹੋਇਆ। ਦੇਖੋ ਜੀ, ਕਰਾਂਗੇ ਜਾਂਚ ਦੀ ਮੰਗ ਵੀ ਕਰਾਂਗੇ, ਕਿਉਂ ਨਹੀਂ ਕਰਾਂਗੇ। ਇੱਕ ਵਾਰੀ ਪਹਿਲਾਂ ਜਿਹੜਾ ਹੁਣ ਸਾਡੇ ਸਿਰ 'ਤੇ ਪਹਾੜ ਡਿੱਗਿਆ ਇਹਨੂੰ ਤਾਂ ਨੇੜੇ ਕਰ ਲਈਏ, ਉਸ ਤੋਂ ਬਾਅਦ ਦੇਖਾਂਗੇ। ਸੋ ਇਹ ਤਸਵੀਰਾਂ ਸਨ ਦੀਪ ਸਿੱਧੂ ਦੇ ਘਰ ਦੀਆਂ, ਜਿੱਥੇ ਮੌਤ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਦੇਹ ਨੂੰ ਲੈ ਕੇ ਆਇਆ ਜਾ ਰਿਹਾ ਹੈ। ਅਤੇ ਜੋ ਦੱਸਿਆ ਜਾ ਰਿਹਾ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ 5 ਵਜੇ ਦੇ ਕਰੀਬ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਤਰੀਕੇ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਸੋ ਇਹ ਤਸਵੀਰਾਂ ਹਨ ਲੁਧਿਆਣਾ ਦੇ ਪਿੰਡ ਤਰੀਕੇ ਦੀਆਂ, ਜਿੱਥੇ ਦੀਪ ਸਿੱਧੂ ਦੇ ਘਰ ਦੀਆਂ, ਜਿੱਥੇ ਉਹਨਾਂ ਦੇ ਰਿਸ਼ਤੇਦਾਰ ਪਹੁੰਚ ਰਹੇ ਹਨ। ਬੀਤੇ ਦਿਨ ਹੀ ਦੀਪ ਸਿੱਧੂ ਦਾ ਦਿੱਲੀ ਨਜ਼ਦੀਕ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਅਤੇ ਕਿਸਾਨ ਅੰਦੋਲਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਸਨ, ਜੋ ਕਿ ਨੌਜਵਾਨਾਂ ਲਈ ਇੱਕ ਰੋਲ ਮਾਡਲ ਵੀ ਸਨ। ਸੋ ਉਹਨਾਂ ਦੇ ਇਹ ਦੁਖਦਾਈ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਲੋਕਾਂ ਵਿੱਚ ਗਮ ਦਾ ਮਾਹੌਲ ਹੈ ਅਤੇ ਹਰ ਸ਼ਖਸ ਇਹ ਸੋਚਣ ਨੂੰ ਮਜਬੂਰ ਹੈ ਕਿ ਜੋ ਕਿਸਾਨ ਅੰਦੋਲਨ ਦੇ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦਾ ਅਚਾਨਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ, ਜਿਸ ਤੋਂ ਬਾਅਦ ਇਸ ਹਾਦਸੇ ਦੀ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ। ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ। ਮੇਰਾ ਵੀਰ ਸੁਖਬੀਰ, ਸਾਡਾ ਆਪਣਾ ਸੁਖਬੀਰ ਬਾਦਲ ਆਉਣ ਵਾਲਾ, ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ, ਉਹ ਵੀ ਮੇਰੇ ਆਪਣੇ ਖਾਤੇ ਵਿੱਚ। ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।